ਪੰਜਾਬੀ ਨੂੰ ਬੇਨਤੀ ਕਰਨਾ ਹੈ ਆਹ ਕਿਸੇ ਧਰਮ ਦੀ ਲੜਾਈ ਨਹੀਂ ਆ ਇਨਸਾਫ ਦੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਸਾਰੇ ਪੰਜਾਬੀਆਂ ਦੀ ਪਾਰਟੀ ਹੈ ਸਾਰੇ ਧਰਮਾਂ ਦੀ ਸਤਿਕਾਰ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਅਸੂਲ ਹੈ ਭਾਈਚਾਰੇ ਕਿਸਾਨ ਜੀ ਅਤੇ ਮੈਂ ਗਰੰਟੀ ਦਿੰਦਾ ਜਦੋਂ ਤੱਕ ਪੰਜਾਬ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰੇ ਕਿਸਾਨ ਰਹੂਗੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਦੋਂ ਤੱਕ ਮੁੱਖ ਮੰਤਰੀ ਰਹੇ ਹੈ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਮਨਾਉਂਦੇ ਸੀ ਜਾਂਦੇ ਸੀ ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲਦੇ ਹਾਂ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਅਤੇ ਤਾਂਹੀਓ ਕੋਈ ਫਿਲੋਸਫੀ 'ਤੇ ਅਸੀਂ ਚੱਲੇ ਹਾਂ ਤਾਂ ਇਸ ਕਰਕੇ ਜਿਹੜੀ ਅਸੀਂ ਬੰਦੀ ਸਿੱਖਾਂ ਦੀ ਲੜਾਈ ਲੜ ਰਹੇ ਹਾਂ ਆਹ ਇਨਸਾਫ਼ ਦੀ ਲੜਾਈ ਹੈ ਜੋ ਸਜ਼ਾ ਦੇਸ਼ ਦੇ ਕਾਨੂੰਨ ਦੀਆਂ ਹੈ ਉਹਦੇ ਉੱਤੇ ਦੁਨੀਆ ਸਜ਼ਾ ਕੱਟ ਰਿਹਾ ਪਰਿਵਾਰ ਇਸ ਕਰਕੇ ਨੈਸ਼ਨਲ ਹਿਊਮਨ ਰਾਈਟਸ ਵਾਇਲੇਸ਼ਨ ਹੈ ਸੋ ਆਹ ਕੋਈ ਧਰਮ ਦੀ ਲੜਾਈ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ